ਸਰੈਕੀ ਅਗਵਾਨ, ਕਿਉਂਕਿ ਅਸਾਂ ਸ਼ਨਾਖਤ ਦਾ ਮਰਲਾ ਅਲਹਮਦੁਲਿਲਾ ਮੁਕੰਮਲ ਕਰ ਕੀਤੇ। ਅਸਾਂ ਫੈਸਲਾ ਕੀਤੇ ਕਿ ਇਲੈਕਸ਼ਨ 2023 ਦੇ ਵਿੱਚ ਸਰੈਕੀ ਅਗਵਾਣੇ ਕੋ ਹਿੱਸਾ ਗਿਣਨਾ ਚਾਹੀਦਾ ਹੈ। ਉਹਦਾ ਮਕਸਦ ਇਹ ਕਿ ਇਲੈਕਸ਼ਨ ਉੱਥੇ ਅਸਾਂ ਸਰੈਕੀ ਦੇ ਇੱਕ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜਸੂ। ਅਸਾਂ ਗੱਲ 'ਚ ਅਜਰਕ ਪਾ ਤੇ, ਹੱਥ 'ਚ ਇਸ਼ਤਿਹਾਰ ਚਾ ਤੇ, ਗਾਡੀ ਮੋਟਰਸਾਈਕਲ ਦੇ ਉੱਤੇ ਝੰਡਾ ਲਾ ਤੇ, ਜਿਵਲੇ ਗਲੀ ਗਲੀ, ਮਹੱਲਾ ਮਹੱਲਾ, ਵਸਤੀ ਵਸਤੀ ਵੇਸੂ, ਕਮ ਅਜ਼ ਕਮ ਇਲੈਕਸ਼ਨ ਕਹਿਣਾ ਜਿੱਤੂੰ ਤਾਂ ਸਰੈਕੀ ਸੂਬੇ ਦਾ ਜ਼ਰੂਰ ਪੈਗਾਮ ਦੇਸੂੰ। ਔਰ ਇਨਸ਼ਾਅੱਲਾ, ਔਰ ਸਿਆਸਤ 'ਚ ਹਿੱਸਾ ਗਿਣਨ ਦਾ ਮਕਸਦ ਇਹ, ਹਕੂਕ ਹਮੇਸ਼ਾ ਮੁਲਕ ਦੇ ਵਿੱਚ ਪਾਰਲੀਮਾਨੀ ਸਿਆਸਤ ਦੇ ਜ਼ਰੀਏ ਮਿਲਦੇ ਰਹਿੰਦੇ ਨੇ। ਇਹ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠੇ ਨੇ, ਉਹਨੇ ਦਾ ਕਈ ਵੀ ਸਿਆਸੀ ਜਮਾਤ ਨਾਲ ਤਾਲੁਕ ਹੈ, ਉਹ ਲੁਟੇਰੇ ਹਨ, ਉਹ ਬੇਈਮਾਨ ਹਨ, ਉਹ ਹਮੇਸ਼ਾ ਸਰੈਕੀ ਵਸੇਬ ਦੇ ਲੋਕਾਂ ਨੂੰ ਧੋਖਾ ਦਿੱਤੇ। ਔਰ ਇਨਸ਼ਾਅੱਲਾ ਹੀ ਇਲੈਕਸ਼ਨ ਦੇ ਵਿੱਚ ਸਰੈਕੀ ਕੌਮਪਰਸ ਇਲੈਕਸ਼ਨ ਵਿੱਚ ਹਿੱਸਾ ਗਿਣ ਤੇ ਉਹਨੇ ਲਟੇਰੇ ਕੋ, ਉਹਨੇ ਬੇਈਮਾਨੇ ਕੋ ਜਵਾਬ ਵੋਟ ਦੇ ਜ਼ਰੀਏ ਦੇ ਸਨ। ਬਹੁਤ ਸ਼ੁਕਰੀਆ।